ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁੱਚਾ ਰੰਗੀਲਾ ਤੇ ਮੈਂ ਮਨਦੀਪ ਮੈਟੀ ਇੱਕ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਾਫੀ ਸਾਰੇ ਮੈਸੇਜ ਤੁਹਾਨੂੰ ਸੁਣਨ ਨੂੰ ਮਿਲਦੇ ਰਹਿੰਦੇ ਆ ਪਰ ਅੱਜ ਕਰੋਨਾ ਦੀ ਬਿਮਾਰੀ ਤੋਂ ਥੋੜ੍ਹੀ ਜਿਹੀ ਅਲੱਗ ਗੱਲ ਸਾਡਾ ਅੱਜ ਕਿਸਾਨਾਂ ਦੀ ਜ਼ਿੰਦਗੀ 'ਤੇ ਬਣੀ ਹੋਈ ਹੈ ਜਦੋਂ ਵੀ ਕਣਕ ਚੱਕਦੇ ਆ ਜਾਂ ਝੋਨਾ ਚੱਕਦੇ ਆ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਮਹਾਰਾਜ ਕਿਰਪਾ ਹੋ ਜਾਂਦਾ ਕਈ ਵਾਰੀ ਹੁਣ ਆਹ ਕਣਕ ਚੱਕਣੀ ਆ ਸਾਰੇ ਦਾ ਅੰਨਦਾਤਾ ਕਿਸਾਨ ਰੱਬ ਅੱਗੇ ਫਰਿਆਦ ਕੀਤੀ ਅਸੀਂ ਇਹ ਸਾਰਾ ਕੁਛ ਲੋਕਾਂ ਵਾਸਤੇ ਕਰਦਾ ਲੰਗਰ ਤਾਂ ਹੀ ਚੱਲਦੇ ਨੇ ਕਿ ਕਿਸਾਨ ਦੇ ਘਰੇ ਫਸਲ ਵਧੀਆ ਆਊਗੀ ਇਹ ਹੁਣ ਰੱਬ ਅੱਗੇ ਫਰਿਆਦ ਬਿਮਾਰੀ ਵਾਸਤੇ ਵੀ ਅਤੇ ਟਿੱਕਾ ਕਣਕਾਂ ਵਾਸਤੇ ਖੇਤਾਂ ਦੇ ਵਿੱਚ ਇੱਕ ਵਾਰੀ ਤਾਂ ਮੇਰੀ ਮਾਂ
ਬਟੀ